ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਅਜੀਤ ਟੀਵੀ ਤੇ ਮੈਂ ਹਾਂ ਨੈਬ ਸਿੰਘ ਸਿੱਧੂ। ਅੱਜ ਪਹੁੰਚਿਆ ਅਸੀਂ ਬਠਿੰਡਾ ਦੇ ਮੰਡੀਕਰਨ ਬੋਰਡ ਦੇ ਦਫ਼ਤਰ, ਜਿੱਥੇ ਕਿ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਜਿਹੜਾ DM ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ, ਕਿਉਂਕਿ ਉਹਨਾਂ ਦਾ ਕਹਿਣਾ ਕਿ ਜਿਹੜਾ ਝੋਨੇ ਦੀ ਹੈ ਖਰੀਦ ਨਹੀਂ ਹੋ ਰਹੀ ਅਤੇ ਨਾ ਹੀ ਲਿਫਟਿੰਗ ਹੋ ਰਹੀ ਹੈ, ਅਤੇ ਦੂਜੇ ਪਾਸੇ ਜਿਹੜੇ DAP ਹੈਗੀ ਜਿਹੜੀ ਖਾਦ ਹੈ ਉਹ ਵੀ ਨਹੀਂ ਮਿਲ ਰਹੀ। ਇਸ ਨੂੰ ਲੈ ਕੇ ਕਿਸਾਨ ਹੈ ਜਿਹੜੇ ਉਹ DM ਦਫ਼ਤਰ ਦੇ ਮੂਹਰੇ ਧਰਨਾ ਦੇ ਕੇ ਬੈਠੇ ਗਏ ਅਤੇ ਬੁਲਾਰਿਆਂ ਨੇ ਇਹ ਵੀ ਕਿਹਾ ਗਾ ਕਿ ਜੇ 3 ਵਜੇ ਤੱਕ ਕੋਈ ਗੱਲਬਾਤ ਨਾ ਹੋਈ, DM ਨਾ ਪਹੁੰਚਿਆ, ਤਾਂ ਉਸ ਤੋਂ ਬਾਅਦ ਅਸੀਂ ਹੋਰ ਐਕਸ਼ਨ ਵੀ ਕਰ ਸਕਦੇ ਹਾਂ, ਅਸੀਂ ਸੜਕਾਂ ਵੀ ਰੋਕ ਸਕਦੇ ਹਾਂਗੇ ਅਤੇ ਆਪਾਂ ਬੁਲਾਰਿਆਂ ਨਾਲ ਗੱਲਬਾਤ ਵੀ ਕਰਾਂਗੇ, ਇੱਥੇ ਦਾ ਆਗੂ ਆ ਜਿਹੜਾ ਉਹਨਾਂ ਨਾਲ ਗੱਲਬਾਤ ਵੀ ਕਰ ਦਾਂਗੇ। ਸਾਡੇ ਨਾਲ ਆਗੂ ਜੁੜੇ ਗਏ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ? ਬਲਦੇਵ ਸਿੰਘ ਸੁਨੋਹਾ, BKU ਏਕਤਾ ਸਿੱਧੂਪੁਰ, ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ। ਕੀ ਕਾਰਨ ਹੈਗਾ ਅੱਜ DM ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ? ਇਹਦਾ ਜਿਹੜੀ ਸਾਡੀ ਫਸਲ ਹੈਗੀ ਝੋਨੇ ਦੀ, ਪੰਜਾਬ ਸਰਕਾਰ ਨੇ, ਕੇਂਦਰ ਸਰਕਾਰ ਨੇ 1 ਤਰੀਕ ਤੋਂ ਬਕਾਇਦਾ ਐਲਾਨ ਕੀਤਾ ਹੋਇਆ ਕਿ 1 ਤਰੀਕ ਤੋਂ ਅਸੀਂ ਝੋਨੇ ਦੀ ਜਿਹੜੀ ਖਰੀਦ ਸ਼ੁਰੂ ਕਰਾਂਗੇ। ਅੱਜ ਅਸੀਂ 1 ਤਰੀਕ ਨੂੰ ਦੇਖੀਏ ਤਾਂ ਲਗਭਗ 1 ਮਹੀਨਾ ਤੇ 4 ਦਿਨ ਜਿਹੜੇ ਬੀਤ ਚੁੱਕੇ ਨੇਗੇ ਸਾਡੇ ਖਰੀਦ ਕਰਨ ਦੇ ਸਮੇਂ ਨੂੰ। ਸਾਡੀ ਸਰਕਾਰ, ਜਿਹੜੀਆਂ ਖਰੀਦ ਏਜੰਸੀਆਂ, ਜਿਹੜੇ ਸੈਲਰ ਵਾਲੇ, ਜਿਹੜੇ ਆੜ੍ਹਤੀਏ, ਔਰ ਉਹਨਾਂ ਨੇ ਇਸ ਗੱਲ ਤੇ ਪ੍ਰਣ ਕਰ ਲਿਆ ਕਿ ਇਸ ਵਾਰ ਕਿਸਾਨ ਨੂੰ ਲੁੱਟਣੇ ਲੁੱਟਣਾ ਹੈਗਾ, ਕਿਸੇ ਕੀਮਤ ਤੇ ਨਹੀਂ ਛੱਡਣਾ। ਅਸੀਂ ਧਾਰਨਾ ਦਿੱਤੀਆਂ ਕਿ ਫਲਾਨਾ ਸ਼ੈਲਰ ਵਾਲਾ, ਮਤਲਬ ਜਾਣੀ 10,000 ਟਰੱਕ ਮਗਰ ਕੱਟ ਲਾ ਰਿਹਾ, ਫਲਾਨਾ ਸ਼ੈਲਰ ਵਾਲਾ ਇੰਨੇ ਕੱਟ ਮੰਗ ਰਿਹਾ, ਔਰ ਕਿਸਾਨ ਲਗਭਗ 20-20 ਦਿਨਾਂ ਦਾ ਜਿਹੜਾ ਮੰਡੀਆਂ ਦੇ ਵਿੱਚ ਬੈਠਾ, ਜਿਹੜੀ ਮੰਡੀ ਕੋਈ ਸੈਂਟਰ ਹੈ ਕੋਈ ਮੰਡੀ ਹੈ ਪੂਰੀ ਨੱਕੋ ਨੱਕ ਭਰੀ ਹੈ, ਤੇ 40% ਸਾਡਾ ਝੋਨਾ ਸਾਡੇ ਖੇਤ ਦੇ ਵਿੱਚ ਖੜਾ। ਇਹ ਤਾਂ ਸਾਡੇ ਝੋਨੇ ਦੀ ਹਾਲਤ ਹੈ ਜਿਹੜੀ ਸਰਕਾਰ ਨੇ ਚੱਕਣੀ ਸੀ, ਸਰਕਾਰ ਨੇ ਖਰੀਦਣੀ ਸੀ, ਤੇ ਕਿਸਾਨ ਮਜਬੂਰ ਇਸ ਗੱਲ ਲਈ ਹੋ ਗਿਆ ਕਿ ਬੜੇ ਦਿਨਾਂ ਦਾ ਦਿਨ ਜਿਹੜਾ ਤਿਉਹਾਰ ਹੈ ਸਾਡਾ, ਦੁਨੀਆਂ ਦੇ ਵਿੱਚ ਦੁਨੀਆਂ ਮਨਾਉਂਦੀ ਹੈ, ਧੂਮ ਧਾਮ ਦੇ ਨਾਲ ਮਨਾਉਂਦੀ ਹੈ, ਬਹੁਤ ਲੋਕਾਂ ਨੇ ਅਸ਼ਟਬਾਜ਼ੀਆਂ, ਬਹੁਤ ਲੋਕਾਂ ਨੇ ਪੜਾਕੇ, ਬਹੁਤ ਲੋਕਾਂ ਨੇ ਆਪਣਾ ਕਾਰੋਬਾਰ ਵਧਾਇਆ ਤੇ ਕਾਰੋਬਾਰ ਦੇ ਉੱਤੇ ਜਿਹੜਾ ਬੜੇ ਦਿਨਾਂ ਦਾ ਦਿਨ ਮਨਾਇਆ। ਇੱਕ ਕਿਸਾਨ ਜਿਹੜਾ ਆਪਣੇ ਪਰਿਵਾਰ ਨੂੰ, ਆਪਣੇ ਬੱਚਿਆਂ ਨੂੰ ਲੈ ਕੇ ਵੀ ਕੁਛ ਨਹੀਂ ਗਿਆ, ਤੇ ਆਪਣੀ ਦੀਵਾਲੀ ਆ ਜਿਹੜੇ ਬੜੇ ਦੇ ਦਿਨ ਉਹ ਘਰੇ ਵੀ ਨਹੀਂ ਮਨਾ ਸਕਿਆ, ਉਹਨੂੰ ਆਪਣੀ ਮੰਡੀ ਦੇ ਵਿੱਚ ਮਨਾਉਣੀ ਪਈ ਆ ਦੀਵਾਲੀ। ਸੋ ਇਸ ਕਰਕੇ ਅਸੀਂ ਆਏ ਇੱਥੇ ਅੱਜ, ਜ਼ਿਲ੍ਹਾ ਮੰਡੀ ਬੋਰਡ ਅਫਸਰ ਦੇ ਇਸ ਕਰਕੇ ਆਏ ਸੀਗੇ ਕਿ ਸਾਡੇ ਨਾਲ ਪਿੱਛੇ 26 ਤਰੀਕ ਨੂੰ ਅਸੀਂ ਜਦੋਂ 5 ਥਾਵਾਂ ਦੇ ਉੱਤੇ ਹਾਈਵੇ ਵੱਡੇ ਜਾਮ ਲਾਉਣ ਦਾ ਐਲਾਨ ਕੀਤਾ, ਤਾਂ ਸਾਡੇ 2 ਮੰਤਰੀਆਂ ਦੇ ਨਾਲ ਸਰਕਾਰ ਨਾਲ 27 ਤਰੀਕ ਨੂੰ ਮੀਟਿੰਗ ਹੁੰਦੀ ਹੈ। 27 ਤਰੀਕ ਨੂੰ ਜਿਹੜੀ ਸਾਡੇ ਮੰਤਰੀ ਸਾਨੂੰ ਵਿਸ਼ਵਾਸ ਭਰੋਸਾ ਦੇ ਕੇ ਜਾਂਦਾ ਕਿ ਦਾਣਾ ਦਾਣਾ ਅਸੀਂ ਚੱਕਾਂਗੇ, ਤੇ ਜਿਹੜਾ 27 ਤਰੀਕ ਤੋਂ ਪਹਿਲਾਂ ਜਿਹੜੀ ਕੱਟ ਲੱਗਿਆ, ਚਾਹੇ ਕਿਸੇ ਨੇ 200 ਲਾਇਆ ਚਾਹੇ ਕਿਸੇ ਨੇ 2 ਕਿਲੋ ਲਾਇਆ, ਉਹ ਅਸੀਂ ਆਪਣੇ ਤੌਰ ਤੇ ਉਹਦੀ ਪੜਤਾਲ ਕਰਾਉਂਦੇ ਹਾਂ, ਤੇ ਸਰਕਾਰ ਉਹਦੀ ਭਰਪਾਈ ਕਰੂਗੀ, ਨਾ ਸ਼ੈਲਰਾਜ ਤੋਂ ਲਊਗੀ ਨਾ ਆੜ੍ਹਤੀਏ ਤੋਂ ਲਊਗੀ, ਸਰਕਾਰ ਜੁੰਮਾ ਚੱਕੂਗੀ। ਇਹਦੇ ਨਾਲ ਹੀ ਕਿ ਜਿਹੜੀ DAP ਹੈ, ਕਿਉਂਕਿ 3 ਇਸ਼ੂ ਸੀ ਅਸੀਂ ਜਿਹੜੇ ਲੈ ਕੇ ਚੱਲੇ ਸੀ, DAP ਹੈ, ਕਿਸਾਨਾਂ ਨੂੰ DAP ਦੀ ਲੋੜ ਹੈ, ਕਿਉਂਕਿ ਆਹ ਜਿਹੜੇ ਮੂਹਰੇ 15 ਤਰੀਕ ਤੱਕ ਸਾਡੀ ਜਿਹੜੀ ਕਣਕ ਦੀ ਬਿਜਾਈ ਦਾ ਪੂਰਨ ਸਮਾਂ ਪ੍ਰੋਪਰ ਜਿਹੜਾ ਸਾਡੇ ਮਾਹਰਾਂ ਦੇ ਮੁਤਾਬਕ, ਅੱਜ 11 ਦਿਨ ਰਹਿ ਗਏ, ਸਾਡੀ ਵਾਹਣ ਵਿਹਲਾ ਨਹੀਂ ਹੋਇਆ, DAP ਮਿਲੀ ਨਹੀਂ ਕਿਸਾਨ ਨੂੰ, ਕਿਸਾਨ ਦੀ ਬਿਜਾਈ ਆ ਜਿਹੜੀ ਉੱਥੇ ਜਿਉਂਦੀ ਤਿਉਂ ਖੜੀ ਹੈ। ਤੀਸਰਾ ਸੀ ਸਾਡਾ ਕਿ ਜਦੋਂ ਸਾਡੇ ਕਿਸਾਨ ਨੇ ਪਰਾਲੀ ਆ ਜਿਹੜੀ ਜੀਰੀ ਵੱਢ ਲਈ, ਤੇ ਪਰਾਲੀ ਨੂੰ, ਪਰਾਲੀ ਦੀ ਸਾਂਭ ਸੰਭਾਲ ਕਰਨੀ ਹੈ ਚਾਹੇ ਪਰਾਲੀ ਨੂੰ ਬਾਹਰ ਕੱਢਣਾ, ਤਾਂ ਸਰਕਾਰ ਗ੍ਰੀਨ ਟ੍ਰਿਬਿਊਨਲ ਦੇ ਫੈਸਲੇ ਅਨੁਸਾਰ ਜ਼ਿਆਦਾ ਕਿਸਾਨ ਨੂੰ ਜਿਹੜਾ ਉਹ ਮੁਹੱਈਆ ਕਰਾਵੇ, ਛੋਟੇ ਕਿਸਾਨ ਨੂੰ ਆਪਣੇ ਸੰਦ ਜਾਂ ਜਿਹੜਾ 1 ਪ੍ਰਤੀ ਕੁਆਟਲ ਜਿਹੜਾ 100 ਰੁਪਇਆ ਬਾਉਂਸ ਦੇ ਰੂਪ ਦੇ ਵਿੱਚ ਉਹਨੂੰ ਜਿਹੜੀ ਪਰਾਲੀ ਦੀ ਭਰਪਾਈ ਲਈ ਸਰਕਾਰ ਦੇਵੇ। ਨਾ ਸਰਕਾਰ ਨੇ ਸੰਦ ਮੁਹੱਈਆ ਕਰਾਏ, ਨਾ ਸਰਕਾਰ ਨੇ 100 ਰੁਪਇਆ ਦਿੱਤਾ, ਨਾ ਸਰਕਾਰ ਨੇ ਕੋਰ ਦੀ ਪ੍ਰਵਾਹ ਕੀਤੀ, ਨਾ ਸਰਕਾਰ ਨੇ ਗ੍ਰੀਨ ਟ੍ਰਿਬਿਊਨਲ ਦੀ ਪ੍ਰਵਾਹ ਕੀਤੀ। ਸਾਡੇ ਕਿਸਾਨਾਂ ਤੇ ਪੰਜਾਬ ਸਰਕਾਰ ਨੇ 8,000 ਪੁਲਿਸ ਮੁਲਾਜ਼ਮ ਲਾਤਾ, ਤੇ ਜੁੰਮਾ ਕਿਹਨੂੰ ਦਿੱਤਾ? ਜੁੰਮਾ ਦਿੱਤਾ ਕਿ ਉਸ ਇਲਾਕੇ ਦਾ SHO
जेकर पराली नूं उस इलाके च अग लग गई ते असीं उहदे खिलाफ कार्रवाई करांगे। असीं पुछदे आं साडी पंजाब दी सरकार नूं, असीं पुछदे आं साडे धरने चों निकली हुई सरकार नूं, साडे सीएम साहब नूं। ਉਹ ਸਾਡੇ ਪਿੰਡਾਂ ਦੇ ਵਿੱਚ ਨਸ਼ੇ ਦੇ ਨਾਲ ਨੌਜਵਾਨ ਮੁੰਡੇ ਮਰ ਰਹੇ ਨਾ, ਨੌਜਵਾਨ ਕੁੜੀਆਂ ਮਰ ਰਹੀਆਂ ਨਾ, ਔਰ ਨਸ਼ਾ ਸਾਡੇ ਘਰਾਂ ਦੇ ਵਿੱਚ ਘਰ ਕਰ ਗਿਆ। ਉਹ ਤੂੰ ਫਿਰ ਜੇ ਨੌਜਵਾਨ ਮੁੰਡਾ ਸਾਡੇ ਜਿਹੜਾ ਪਿੰਡ ਦੇ ਵਿੱਚ ਨਸ਼ੇ ਨਾਲ ਮਰ ਗਿਆ ਤੇ ਫਿਰ ਉਸ ਇਲਾਕੇ ਦਾ SHO ਦੇ ਕਿਉਂ ਨਹੀਂ ਪਰਚਾ ਦਰਜ ਕਰਦਾ, ਉਸ ਇਲਾਕੇ ਦੇ MLA ਦੇ ਕਿਉਂ ਨਹੀਂ ਪਰਚਾ ਦਰਜ ਕਰਦਾ ਤੇ ਉੱਥੋਂ ਦੇ SSB ਦੇ ਕਿਉਂ ਨਹੀਂ ਪਰਚਾ ਦਰਜ ਕਰਦਾ? ਉਸ ਪਾਸੇ ਨੂੰ ਮੂੰਹ ਨਹੀਂ ਕਰਦੇ। ਸਾਡੇ ਕਿਸਾਨ ਦੇ ਧੜਾ ਧੜ ਪਰਚੇ ਵੀ ਦਰਜ ਕਰ ਰਹੇ ਨਾ, ਸਾਡੇ ਕਿਸਾਨ ਦੇ ਰੈਡੈਂਟਰੀਆਂ ਵੀ ਲੱਗ ਰਹੀਆਂ ਨਾ, ਸਾਡੇ ਕਿਸਾਨ ਦੇ ਜੁਰਮਾਨੇ ਵੀ ਪੈ ਰਹੇ ਨਾ। ਔਰ ਸਰਕਾਰ ਦੇ ਮੰਤਰੀਆਂ ਨੇ ਸਾਨੂੰ ਵਿਸ਼ਵਾਸ ਦਵਾਇਆ ਸੀ ਕਿ ਜਿਹੜੇ ਪਰਚੇ ਦਰਜ ਹੋ ਗਏ, ਜਿਹੜੀਆਂ ਰੈਡੈਂਟਰੀਆਂ ਹੋ ਗਈਆਂ, 27 ਟਿਕਟੋਂ ਪਹਿਲਾਂ ਅਸੀਂ ਵਾਪਸ ਲਵਾਂਗੇ, ਗਾਹਾਂ ਅਸੀਂ ਕਰਾਂਗੇ। ਤੁਸੀਂ ਕਹਿ ਰਹੇ ਹੋ ਵੀ ਕੱਟ ਲੱਗ ਰਹੇ ਗੇ ਝੋਨੇ ਤੇ, ਪਰ ਸਰਕਾਰ ਕਹਿੰਦੀ ਵੀ ਉਹਦੀ ਭਰਪਾਈ ਸਰਕਾਰ ਕਰੂਗੀ, ਨਾ ਅੜਤੀਆ ਕਰੂਗਾ ਨਾ ਸੈਲਰ ਮਾਲਕ। ਪਰ ਪਹਿਲਾਂ ਇਹਨਾਂ ਨੇ ਜਿਹੜੀ ਮੂੰਗੀ ਬਜਾਈ ਸੀਗੀ ਉਦੋਂ ਵੀ ਕਿਹਾ ਸੀ ਜੇ MSP ਤੋਂ ਘੱਟ ਕੋਈ ਖਰੀਦੂਗਾ ਤਾਂ ਉਹਦੀ ਭਰਪਾਈ ਵੀ ਅਸੀਂ ਕਰਾਂਗੇ। ਕਿ ਉਸ ਦੀ ਭਰਪਾਈ ਹੋ ਗਈ ਸੀ? ਨਾ ਮੂੰਗੀ ਦੀ ਹੋਈ ਹੈ, ਨਾ ਹੁਣ ਘੱਟ ਦੀ ਹੋਣੀ ਹੈ। ਸੋ ਇਸ ਕਰਕੇ ਮਤਲਬ ਅਸੀਂ ਇਸੇ ਕਰਕੇ ਤਾਂ ਅਸੀਂ ਸੋਚਿਆ ਸੀ ਕਿ ਅਸੀਂ ਜਿਹੜੀ ਸਾਡੀ ਜਨਤਾ ਹੈ, ਜਿਹੜੇ ਸਾਡੇ ਲੋਕਾਂ ਨੇ ਤਿਉਹਾਰ ਮਨਾਉਣਾ ਹੈ, ਅਸੀਂ ਉਹਨਾਂ ਲੋਕਾਂ ਨੂੰ ਨਾ ਤੰਗ ਪਰੇਸ਼ਾਨ ਕਰੀਏ। ਅਸੀਂ ਉਹ ਜਾਮ ਛੱਡ ਕੇ ਅਸੀਂ ਸਾਈਡ 'ਤੇ ਬਹਿ ਗਏ ਸੀ, ਅਸੀਂ ਸਰਕਾਰ ਦੇ ਭਰੋਸੇ ਨੂੰ ਦੇਖ ਰਹੇ ਸੀ, ਪਰ ਸਰਕਾਰ ਦਾ ਭਰੋਸੇ 'ਚੋਂ ਕੁਛ ਨਹੀਂ ਨਿਕਲਿਆ, ਜਿਸ ਕਰਕੇ ਅੱਜ ਫਿਰ ਮੁੜ ਅਸੀਂ ਮੰਡੀ ਬੋਰਡ ਦੇ ਬੈਠਾਂਗੇ। ਅਸੀਂ ਨਾ ਰੋਡ ਰੋਕਿਆ, ਨਾ ਅਸੀਂ ਲੋਕਾਂ ਨੂੰ ਤੰਗ ਕੀਤਾ, ਅੱਜ ਮੰਡੀ ਬੋਰਡ ਦੇ ਅਸੀਂ ਦਫ਼ਤਰ ਬੈਠੇ ਹਾਂ। ਸਾਡਾ ਅਦਾਰਾ ਹੈ, ਜ਼ਿਲ੍ਹਾ ਅਫਸਰ ਹੈ, ਪਰ ਸਾਡੇ ਤੋਂ ਭਗੌੜਾ ਸਾਡੇ ਮੱਥੇ ਨਹੀਂ ਲੱਗਿਆ। ਹੁਣ ਜੇ ਦੇਖ ਲਈਏ ਜਿਹੜਾ ਝੋਨਾ ਹੈਗਾ ਇਹ ਪੰਜਾਬ ਦੀ ਫਸਲ ਹੀ ਹੈ ਨਹੀਂ ਸੀਗੀ, ਪੰਜਾਬ 'ਚ ਦੇਖੀਏ ਕੋਈ ਖਾਂਦਾ ਨਹੀਂ ਗਾ, ਅਤੇ ਉਲਟਾ ਪਾਣੀ ਦਾ ਜਿਹੜਾ ਨੁਕਸਾਨ ਆ ਉਹ ਪੰਜਾਬ ਦਾ ਹੋ ਰਿਹਾ, ਪੰਜਾਬ ਦਾ ਪਾਣੀ ਦਾ ਪੱਧਰ ਨੀਵਾਂ ਜਾ ਰਿਹਾ ਹੈਗਾ, ਅਤੇ ਜੇ ਇਸ ਦੀ ਬਦਲਾਅ ਕੀਤਾ ਜਾਵੇ ਤਾਂ ਬਦਲਾਅ ਕਿਉਂ ਨਹੀਂ ਆ ਰਿਹਾ ਹੈਗਾ? ਸੋ ਜਿਹੜਾ ਜੇ ਕਹਿਣਾ ਹੋਵੇ ਬਿਲਕੁਲ ਜਾਇਜ਼ ਤੇਰੀ ਗੱਲ ਹੈ, ਬਿਲਕੁਲ ਜਾਇਜ਼ ਦਲੀਲ ਹੈ ਕਿ ਝੋਨਾ ਸਾਡੀ ਬਿਲਕੁਲ ਮਤਲਬ ਸਾਡੀ ਖੁਰਾਕ ਨਹੀਂ। ਸਾਡੇ ਸਾਲ ਦੇ ਵਿੱਚ ਜੇ ਅਸੀਂ ਕਿਤੇ ਖੀਰ ਬਣਾਉਣੀ ਹੋਵੇ ਤਾਂ ਸਾਨੂੰ 2.5 ਕਿਲੋ ਸਾਲ ਦਾ ਇੱਕ ਚੌਲ ਹੈ ਜਿਹੜੇ ਸਾਨੂੰ ਮੁੱਕਦੇ ਨੇ। ਇਹ ਖੁਰਾਕ ਕਿਹਦੀ ਹੈ? ਬਿਹਾਰ, ਮੱਧ ਪ੍ਰਦੇਸ਼, UP ਵਗੈਰੇ ਸੂਬਿਆਂ ਦੀ ਜਿਹੜੀ ਖੁਰਾਕ ਹੈਗੀ। ਪਰ ਸਾਡੀ ਸਰਕਾਰ ਨੇ ਜਦੋਂ ਬਦਲਵਾਂ ਇਹ ਲਿਆਂਦਾ ਹੈ ਤਾਂ ਸਾਡੀ ਸਰਕਾਰ ਜਦੋਂ ਬਾਹਰਲੇ ਦੇਸ਼ਾਂ ਦੇ ਵਿੱਚ ਆਪਣੀ ਝੋਲੀ ਅੱਡ ਕੇ ਜਾਂਦੀ ਸੀ, ਸੋ ਝੋਲੀ ਅਸੀਂ ਛਡਾਈ ਹੈ। ਸਾਡੇ ਕਿਸਾਨਾਂ ਨੇ ਉਸ ਨਾਰੇ ਤਹਿਤ ਕੰਮ ਕੀਤਾ ਜਦੋਂ ਸਾਡੀ ਸਰਕਾਰ ਨੇ ਕਿਹਾ ਕਿ ਜੈ ਜਵਾਨ ਜੈ ਕਿਸਾਨ, ਦੱਬ ਕੇ ਬਾਹ ਰੱਜ ਕੇ ਖਾ। ਅਸੀਂ ਪਿੱਛਾ ਮੁੜ ਕੇ ਨਹੀਂ ਦੇਖਿਆ, ਅਸੀਂ ਆਪਣੇ ਜਿਹੜੇ ਟਿੱਬੇ ਵੀ ਪੱਧਰੇ ਕੀਤੇ, ਅਸੀਂ ਬੋਰ ਲਾ ਕੇ ਪਾਣੀ ਸਾਡੇ ਵੀ ਕੱਢ ਕੇ ਅਸੀਂ ਅੱਜ ਨਿਰਭਰ ਕਰਤਾ ਸਾਡੀ ਸੂਬੇ ਦੀ ਸਰਕਾਰ, ਸਾਡੀ ਕੇਂਦਰ ਦੀ ਸਰਕਾਰ ਇੰਨਾ ਅਨਾਜ ਪੈਦਾ ਕਰਤਾ, ਚਾਹੇ ਉਹ ਕਣਕ ਦਾ ਹੋਵੇ ਚਾਹੇ ਝੋਨੇ ਦਾ ਹੋਵੇ, ਕਿ ਅੱਜ ਉਹਨਾਂ ਕੋਲੇ ਛੱਤ ਨਹੀਂ ਸਾਡਾ ਅਨਾਜ ਢੱਕਣ ਲਈ ਸਰਕਾਰ ਕੋਲੇ, ਔਰ ਛੱਤ ਨਹੀਂ ਕਾਗਜ਼ ਵੀ ਨਹੀਂ, ਅਤੇ ਬਹੁਤ ਸਾਰਾ ਸਾਡਾ ਸੜਕਾਂ ਦੇ ਉੱਤੇ ਜਿਹੜੇ ਗੋਦਾਮ ਬਣੇ ਨਾ ਸਾਡੇ ਸਾਂਭਣ ਲਈ, ਉਹਨਾਂ ਦੇ ਵਿੱਚ ਜੀ ਪੈ ਰਹਿਣਗੇ, ਸਾਡਾ ਅਨਾਜ ਇੱਥੋਂ ਤੱਕ ਚਲਿਆ ਗਿਆ। ਅਤੇ ਸਾਨੂੰ ਦਿੱਤਾ ਕੀ ਹੈ, ਸਾਨੂੰ ਸਨਮਾਨ ਕੀ ਕਰਿਆ, ਸਾਨੂੰ ਮਾਣ ਕੀ ਦਿੱਤਾ? ਸਾਡੇ ਕਿਸਾਨ ਇੰਨਾ ਕੁਛ ਪੈਦਾ ਕਰਨ ਦੇ ਬਾਵਜੂਦ ਤਾਂ ਅੱਜ ਕਿਸਾਨਾਂ ਨੂੰ ਆ ਪਰਨਾ ਮਿਲ ਰਿਹਾ ਹੈਗਾ, ਆਪਣੀ ਸੁਇਸਾਈਡ ਕਰਨ ਲਈ ਮਜਬੂਰ, ਦਰਖਤ ਦੇ ਨਾਲ ਫਾਹ ਲੈਣ ਲਈ ਸਾਡੇ ਕਿਸਾਨ ਨੂੰ ਇਹ ਮਿਲਿਆ। ਹੁਣ ਜਿਵੇਂ ਤੁਸੀਂ ਦੱਸਿਆ ਗਾ ਵੀ ਜਿਹੜੇ ਕਿਸਾਨਾਂ ਨੂੰ ਨਾ ਤਾਂ ਮਸ਼ੀਨਰੀ ਪੂਰੀ ਉਪਲਬਧ ਹੋਈ ਹੈਗੀ ਅਤੇ ਨਾ ਜਿਹੜੀ DAP ਹੈਗੀ, ਪਰ ਜੇ ਜਿਹੜੀ ਮਸ਼ੀਨਰੀ ਉਪਲਬਧ ਨਹੀਂ ਹੋਈ, ਜੇ ਕਿਸਾਨ ਅੱਗ ਲਾਉਂਦਾ ਤਾਂ ਜਿਹੜੇ SSP ਤੱਕ DC ਤੱਕ ਆਪਣਾ ਸਾਰਾ ਲਾਲਚਰ ਲੈ ਕੇ ਉਹ ਖੇਤਾਂ ਵਿੱਚ ਡੇਲੀ ਜਾ ਰਹੇ ਹੈਗੇ, ਕਿ DC ਦਾ ਜਾਂ SSP ਦਾ ਕੰਮ ਖੇਤਾਂ 'ਚ ਜਾਣਾ ਸੀਗਾ? ਸੋ ਇਹ ਨਾ DC ਦਾ ਖੇਤਾਂ 'ਚ ਜਾਣਾ ਕੰਮ ਸੀ, ਨਾ ਸਾਡਾ ਮਤਲਬ ਜਾਣੀ ਜਿਹੜਾ SSB ਦਾ ਖੇਤਾਂ 'ਚ ਜਾਣਾ ਸੀ। ਸਵਾਲ ਤਾਂ ਇਸ ਕਰਕੇ ਹੈ ਕਿ ਜਿਹੜਾ ਮੁੜੋ ਗੇੜੇ ਦੇ ਨਾਲ ਸਾਡੇ ਲੋਕਾਂ ਤੋਂ ਜਿਹੜੀ ਵਿਸ਼ਵ ਬਾਦਲ ਦੀ ਨੀਤੀ ਹੈ, ਉਸ ਨੀਤੀ ਤਹਿਤ ਸਾਡੀ ਸਰਕਾਰ ਕਿਸੇ ਪਾਰਟੀ ਦੀ ਆ ਜਾਵੇ, ਉਸ ਨੀਤੀ ਨੂੰ ਲਾਗੂ ਕਰਨ ਵਾਸਤੇ ਸਰਕਾਰ 'ਤੇ ਚੂੜੀ ਕੱਸੀ ਜਾਂਦੀ ਹੈ। ਉਹ ਨੀਤੀ ਤਹਿਤ ਸਾਡੇ ਕੋਲੋਂ ਸਾਡੀ ਜਿਹੜੀ ਉਪਜਾਊ ਜ਼ਮੀਨ ਹੈ ਜਿੱਥੇ ਅਸੀਂ ਅਨਾਜ ਪੈਦਾ ਕਰਦੇ ਹਾਂ, ਉਹ ਜ਼ਮੀਨ ਸਾਡੇ ਉਹਨਾਂ ਕਾਰਪੋਰੇਟ ਘਰਾਣਿਆਂ ਨੂੰ ਸਾਡੇ ਕੋਲੋਂ ਖੋਹ ਕੇ ਦੇਣੀ ਹੈ। ਜੇਕਰ ਅਸੀਂ ਸੁੱਤੇ ਰਹੇ, ਜੇ ਅਸੀਂ ਜਿੰਨਾ ਕੁ ਜਿਉਂਦੇ ਹਾਂ ਉਨਾ ਕੁ ਲੜ ਰਹੇ ਹਾਂ, ਔਰ ਅੰਤ ਤੱਕ ਲੜਾਂਗੇ, ਜ਼ਮੀਨ ਨਹੀਂ ਜਾਣ ਦੇਵਾਂਗੇ, ਸਾਡੀ
सानू किन्नी कुर्बानी करनी पवे और इसे लड़ा। ये सन किसान आगू जिन्हों का कहना कि जे सरकार वालों जिहड़ियां सहूलतां दित्तियां जाणगियां वो नहीं दित्तियां जा रही, जिस कार करके जिहड़े किसानां नूं सड़कां ते आउणा पै रहेगा अते पराली नूं भी अग लाउणी पै रहेगी। ये अपनियां हदायतां दित्तियां होईयां हदायतां ते पालना नहीं करती ते उल्टा किसानां ते जिहड़े फोर्स लैके चढ़ जांदी हैगी, क्योंकि किसान मजबूरी बस जिहड़े पराली नूं अग लाउंदा है। बठिंडा तो अजीत टीवी लई नरसिंह सिद्धू दी रिपोर्ट। अजीत पंजाबी दी ऑथेंटिक खबरां दे लई सबसक्राइब करो अजीत वैब टीवी, ताज़ी खबरां दी नोटिफिकेशन पाउण दे लई बैल आइकन ते क्लिक करो।